ਦਾਨੀ ਸੱਜਣਾਂ ਦਾ ਧੰਨਵਾਦ ਕਰਦਾ ਹੈ ਔਰ ਬੇਨਤੀ ਵੀ ਕਰਦਾ ਹੈ ਕਿ ਉਹ ਜਦੋਂ ਕਿਤੇ ਲੰਗਰ ਵਰਤਾਉਣ ਜਾਂਦੇ ਆ ਅਤੇ ਕੋਈ ਸਿਆਣਾ ਬੰਦਾ ਉੱਥੋਂ ਦਾ ਨਾਲ ਪਿੰਡ ਦਾ ਜ਼ਰੂਰ ਲੈ ਜਾ ਕਰਨ ਔਰ ਮਹਿਕਮੇ ਦਾ ਬੰਦਾ ਵੀ ਇੱਕ ਨਾਲ ਹੋਵੇ ਤਾਂ ਉਹ ਵੀ ਵਧੀਆ ਵਧੀਆ ਗੱਲ ਆ ਔਰ ਬਾਕੀ ਮੈਂ ਇੱਕ ਨਿੱਕੀ ਜਿਹੀ ਗੱਲ ਕਰਨੀ ਚਾਹੁੰਦਾ ਹੈ ਕਿ ਸਾਡੇ ਦੋ ਪਿੰਡਾਂ ਦੀਆਂ ਪੱਤੀਆਂ ਜਿਹੜੀਆਂ ਕੱਟੀਆਂ ਸੀ ਕਣਕ ਦੀਆਂ ਔਰ ਉਹਦੀ ਜਿਹੜਾ ਕੱਲ੍ਹ 10:30 ਵਜੇ ਉੱਥੋਂ ਟਰੱਕ ਉਹਨਾਂ ਨੇ ਮਹਿਕਮੇ ਨੇ ਲੱਦਿਆ ਸਟੋਰ ਖਡੂਰ ਸਾਹਿਬ ਦੇ ਵਿੱਚੋਂ ਔਰ ਜਦੋਂ ਟਰੱਕ ਬਾਹਰ ਕੱਢਿਆ ਤਾਂ ਲਾਗੇ ਕਣਕ ਪੈਲੀ ਦੇ ਵਿੱਚ ਜਿਹੜਾ ਟਾਇਰ ਪੈ ਗਿਆ ਉਹ ਗੱਡੀ ਜਿਹੜੀ ਉੱਥੇ ਰੁਕ ਗਈ। ਇੰਸਪੈਕਟਰ ਨੇ ਸਾਨੂੰ ਫੋਨ ਕੀਤਾ ਵੀ ਜਿਹੜੀ ਜਿਹੜੀ ਗੱਡੀ ਆ ਰੁਕ ਗਈ ਆ ਉਹ ਆ ਨਹੀਂ ਸਕਦੀ, ਜੇ ਤੁਸੀਂ ਅਰੇਂਜ ਕਰ ਸਕਦੇ ਹਾਂ ਤਾਂ 2-3-4 ਗੱਡੀਆਂ ਭੇਜ ਦਿਉ ਅਤੇ ਮੈਂ ਉਹਨਾਂ ਦੇ ਵਿੱਚ ਲਦਾ ਕੇ ਅਤੇ ਜਿਹੜੀ ਕਣਕ ਆ ਉਹ ਲੋਕਾਂ ਤੱਕ ਪਹੁੰਚਾ ਸਕਾਂ। ਅਸੀਂ ਚੇਅਰਮੈਨ ਨਰਵੈਰ ਸਿੰਘ ਸਾਹਿਬ ਵੀ ਗਿਆ ਗੱਡੀਆਂ ਲੈ ਕੇ, ਉਹ ਲਦਾਉਣੀਆਂ ਸ਼ੁਰੂ ਕੀਤੀਆਂ ਉਹਨਾਂ ਨੇ। ਉੱਥੋਂ ਦੇ ਕੋਈ ਸ਼ਰਾਰਤੀ ਅੰਸਰਾਂ ਨੇ ਉਹ ਗੱਡੀਆਂ ਰੋਕ ਦਿੱਤੀਆਂ ਅਤੇ ਬਹੁਤ ਉਹਨਾਂ ਨੇ ਉੱਥੇ ਖਰੂਦ ਕੀਤਾ ਔਰ ਇੱਥੋਂ ਤੱਕ ਕਿ ਉਹ ਹੱਥੋਂ ਪਾਈ ਤੱਕ ਗਏ ਔਰ ਉਹ ਤੋਂ ਬਾਅਦ ਮਹਿਕਮਾ ਗਿਆ। SDM ਸਾਹਿਬ ਬੜੇ ਵਧੀਆ ਬੰਦੇ ਨੇ, ਉਹਨਾਂ ਜਾ ਕੇ ਵੇਖਿਆ ਔਰ ਅੱਜ ਉਹਨਾਂ ਨੇ ਉਹ ਜਿਹੜੇ ਜਿੰਨੇ ਰਿਲੀਜ ਜਿਹੜੇ ਪੈਸੇ ਤਰੇ ਸੀ ਔਰ ਜਿਹੜਾ ਗੱਡੀ ਦਾ ਉੱਥੋਂ ਦਾ ਪਾਸ ਸੀਗਾ ਉਹ ਵੇਖ ਕੇ ਸਾਰਾ ਕੁਝ ਕਲੀਅਰ ਕਰਕੇ ਅਤੇ ਅੱਜ ਉਹ ਜਿਹੜੀ ਕਣਕ ਜਿਹੜੀ ਸਾਨੂੰ ਭੇਜ ਦਿੱਤੀ। ਮੈਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦੇਣਾ ਕਿ ਉਹ ਜਿਹੜੀਆਂ ਸ਼ਰਾਰਤਾਂ ਤੋਂ ਬਾਜ਼ ਆਉਣ। ਅੱਜ ਸ਼ਰਾਰਤਾਂ ਦਾ ਸਮਾਂ ਨਹੀਂ ਗਾ, ਅੱਜ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਵਾ। ਅਸੀਂ ਸਾਰਾ ਪਰਿਵਾਰ ਸਾਡੀ ਸਾਰੀ ਟੀਮ ਰਾਤ ਦਿਨ ਜਿਹੜੀ ਹੈ ਸੇਵਾ ਦੇ ਵਿੱਚ ਲੱਗੀ ਹਾਂ, ਇਹ ਸਾਡਾ ਫਰਜ਼ ਬਣਦਾ ਹੈ ਕਿਉਂਕਿ ਜੇ ਸਾਨੂੰ ਨੁਮਾਇੰਦਗੀ ਪਰਮਾਤਮਾ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਆ, ਅਸੀਂ ਤਹਿ ਦਿਲੋਂ ਜਿਹੜੀ ਆ ਉਹ ਨਿਭਾਉਣ ਡਏ ਹਾਂ ਔਰ ਨਿਭਾਉਂਦੇ ਰਹਾਂਗੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਟਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਨੂੰ, ਪੰਜਾਬ ਵਾਸੀਆਂ ਨੂੰ ਔਰ ਇੰਡੀਆ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੋ CM ਸਾਹਿਬ ਦੀਆਂ ਔਰ ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਆਪਾਂ ਉਹਨਾਂ ਹਦਾਇਤਾਂ ਨੂੰ ਪਾਲਣਾ ਕਰੀਏ ਅਤੇ ਆ ਜਿੰਨੇ ਦਿਨ ਉਹਨਾਂ ਨੇ ਕਰਫਿਊ ਦਾ ਹੁਕਮ ਦਿੱਤਾ ਹੈ ਉਨੇ ਦਿਨ ਆਪਾਂ ਘਰਾਂ ਦੇ ਵਿੱਚ ਬੈਠੀਏ। ਬਾਕੀ ਦੂਜੀ ਮੇਰੀ ਮੈਂ ਧੰਨਵਾਦ ਕਰਦਾ ਵਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਅੱਜ ਐਲਾਨ ਕਰ ਦਿੱਤਾ ਕਿ 5,000 ਰੁਪਇਆ ਜਿਹੜਾ ਵਾ ਸਰਪੰਚ ਜਿਹੜਾ ਵਾ ਖਾਤੇ ਦੇ ਵਿੱਚੋਂ ਖਰਚ ਕੇ ਔਰ ਲੋਕਾਂ ਤੱਕ ਜਿਹੜਾ ਵਾ ਰਾਸ਼ਨ ਮੁਹੱਈਆ ਕਰੇ ਔਰ ਇਹ ਜਿਹੜੇ ਪੈਸੇ ਜਿਹੜੇ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਣਗੇ। ਔਰ ਦੂਸਰਾ, ਦਵਾਈਆਂ ਜਿਹੜੀਆਂ ਪਿੰਡਾਂ 'ਚ ਛਿੜਕਣ ਨੂੰ ਉਹ ਪਹੁੰਚ ਗਈਆਂ ਸਾਡੇ ਕੋਲ, ਅੱਜ ਅਸੀਂ ਉਹ ਸਾਰੇ ਸਰਪੰਚਾਂ ਨੂੰ ਡਿਸਟ੍ਰੀਬਿਊਟ ਕਰ ਦੇਣੀਆਂ ਵਾ। ਜਿੰਨੇ ਪਿੰਡ ਦੀ ਆਬਾਦੀ ਉਹਦੇ ਹਿਸਾਬ ਨਾਲ ਦਿੱਤੀਆਂ ਜਾਣੀਆਂ, ਉਹ ਪਿੰਡਾਂ ਦੇ ਵਿੱਚ ਦਵਾਈ ਵੀ ਛਿੜਕਾਈ ਜਾਣੀ ਆ। ਬਾਕੀ ਅਸੀਂ ਰਾਤ ਦਿਨ ਸਾਰਾ ਟੱਬਰ ਔਰ ਜਿੰਨੀ ਮੇਰੀ ਟੀਮ ਹੈ ਰਾਤ ਦਿਨ ਅਸੀਂ ਸਾਰੀ ਸੇਵਾ ਦੇ ਵਿੱਚ ਲੱਗੇ ਹਾਂ। ਅਸੀਂ ਸੇਵਾ ਰਾਤ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਿਤੇ ਵੀ ਕਿਸੇ ਦੀ ਮੁਸ਼ਕਿਲ ਹੈ ਤਾਂ ਮੈਨੂੰ ਫੋਨ ਕਰਦੇ ਵੀ ਅਤੇ ਅੱਗੇ ਵੀ ਕਰਦੇ ਰਹਿਣਾ, ਮੈਂ ਉਸ ਮੁਸ਼ਕਿਲ ਨੂੰ ਹੱਲ ਕਰਾਂਗਾ। ਔਰ ਬਾਕੀ ਇੱਕ ਸ਼ਰਾਰਤੀ